ਇੱਕ ਹਰਜੀਤ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਜੀ ਕਿ ਉਹਦੇ ਵਰਗਾ ਤਾਂ ਪਲੇਅਰ ਨਾ ਆਇਆ ਮੈਨੂੰ ਲੱਗਦਾ ਜੀ, ਨਾ ਅਜੇ ਤੱਕ। ਮਤਲਬ ਸਭ ਤੋਂ ਵਧੀਆ ਪਲੇਅਰ ਸੀਗਾ ਜੀ, ਹੱਸਦਾ ਕੇ ਮਤਲਬ ਰਹਿਣਾ ਉਹਨੇ ਜਦੋਂ ਉਹਨੇ ਰੇਡ ਪਾਉਣੀ, ਹੱਸ ਕੇ ਲੋਕਾਂ ਨੇ ਪਸੰਦ ਬਹੁਤ ਕਰਦੇ ਹੁੰਦੇ ਸੀ। ਖੈਰ ਥੋੜ੍ਹੀ ਜਿਹੀ ਕਾਪੀ ਕਰਨ ਦੀ ਅਸੀਂ ਵੀ ਕੋਸ਼ਿਸ਼ ਕਰਦੇ ਕਿ ਹੱਸੋ, ਸ਼ਾਇਦ ਲੋਕ ਜ਼ਿਆਦਾ ਪਿਆਰ ਕਰਦੇ ਆ ਆਹ ਚੀਜ਼ ਹਮੇਸ਼ਾ, ਪਰ ਉਹਨੂੰ ਸਾਰੇ ਪੰਜਾਬ 'ਚੋਂ ਬਹੁਤ ਜ਼ਿਆਦਾ ਪਿਆਰ ਮਿਲਦਾ ਸੀਗਾ ਜੀ। ਬਿਲਕੁਲ ਬਿਲਕੁਲ। ਅਤੇ ਭਾਅ ਜੀ ਹਰਜੀਤ ਨਾਲ ਵੀ ਤੁਹਾਡੀ ਕਾਫ਼ੀ ਨੇੜਤਾ ਰਹੀ ਹੈ ਕਿ ਜਿਸ ਦਿਨ ਉਹਨਾਂ ਦੀ ਡੈਥ ਹੁੰਦੀ ਹੈ, ਐਕਸੀਡੈਂਟ ਹੁੰਦਾ, ਉਸ ਦਿਨ ਵੀ ਉਹ ਤੁਹਾਡੇ ਕੋਲ ਗਏ ਸੀ? ਹਾਂਜੀ, ਉਹ ਦਿਨ ਮੇਰੇ ਕੋਲ ਗਏ ਨੇ ਜੀ। ਉਹ ਗੱਲ ਇੱਦਾਂ ਹੋਈ ਜੀ, ਉਹਨਾਂ ਫੋਨ ਆਇਆ ਹਰਜੀਤ ਦਾ ਮੈਨੂੰ, ਉਦੋਂ ਅਸੀਂ ਪਾਕਿਸਤਾਨ 'ਚੋਂ ਮੇਰੀ ਲੱਤ ਟੁੱਟੀ ਸੀ, ਉਦੋਂ ਅਸੀਂ ਵਾਪਸ ਆਏ ਸੀ, ਮੇਰੇ ਪਲਸਤਰ ਲੱਗਿਆ ਹੋਇਆ ਸੀਗਾ। ਹਾਂਜੀ, ਮੈਨੂੰ ਉਹਦਾ ਫੋਨ ਆਇਆ ਕਿੱਦਾਂ ਲੱਤ ਕਿੱਦਾਂ, ਮੈਂ ਕਿਹਾ ਵੀ ਠੀਕ ਆ। ਕਹਿੰਦਾ ਅਸੀਂ ਪਾਸਪੋਰਟ ਦੇ ਕੰਮ ਜਾਣਾ ਵਾ ਚੰਡੀਗੜ੍ਹ, ਅਤੇ ਮਤਲਬ ਕੋਈ ਜੈਫਸੀ ਉਦੋਂ ਹੁੰਦੀ ਸੀਗੀ ਜੀ ਮੇਰੇ ਕੋਲ, ਕਹਿੰਦਾ ਸੀਗਾ ਚਲੋ ਉਹ ਲੈ ਕੇ ਜਾਣੀ ਆ ਮੈਂ। ਮੈਂ ਕਿਹਾ ਚਲੋ ਠੀਕ ਹੈ ਜੀ, ਤਾਂ ਪਰ ਉਹ ਮੈਂ ਕਿਹਾ ਉਹ ਸਕਰਾਜ ਲੈ ਕੇ ਗਿਆ ਹੋਇਆ। ਕਹਿੰਦਾ ਮੈਂ ਕਿਹਾ ਉਹਨੇ ਆ ਜਾਣਾ ਵਾ, ਤੂੰ ਆ ਜਾ। ਅਤੇ ਉਹ ਆਹ ਪੰਜ ਜਾਣੇ ਸੀਗੇ ਹਾਂਜੀ ਤਕਰੀਬਨ ਆ ਗਏ, ਅਤੇ ਆਹ ਆ ਗਏ ਸੀਗੇ 4 ਵਜੇ ਨੂੰ ਆ ਗਏ ਸੀਗੇ ਜੀ। ਅਸੀਂ ਬੈਠੇ ਰਹੇ, ਗੱਲਾਂ ਬਾਤਾਂ ਮਾਰਦੇ ਰਹੇ ਜੀ, ਅਤੇ ਸਕਰਾਜ ਗਿਆ ਹੋਇਆ ਸੀਗਾ, ਉਹ ਥੋੜ੍ਹਾ ਜਿਹਾ ਲੇਟ ਹੋ ਗਿਆ 8 ਵਜੇ ਜੀ ਆਉਂਦੇ ਆਉਂਦਿਆਂ ਨੂੰ। ਅਤੇ ਉਦੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾ ਰਹਿ ਪਓ, ਕਹਿੰਦੇ ਵੀ ਜ਼ਰੂਰੀ ਕੰਮ ਆ, ਅਸੀਂ ਜਾਣਾ ਬਹੁਤ ਜ਼ਰੂਰੀ ਹੈ ਜੀ, ਪਾਸਪੋਰਟ ਦਾ ਕੰਮ ਸੀਗਾ, ਕੋਈ ਜ਼ਰੂਰਤ ਜੀ। ਪਰ ਜਿਵੇਂ ਲੋਕ ਕਹਿ ਦਿੰਦੇ ਆ ਕਿ ਦਾਰੂ ਪੀਤੀ ਆ ਜਾਂ ਆਹ ਕੀਤਾ, ਇਹ ਜੀ ਕੋਈ ਗੱਲ ਨਹੀਂ ਸੀ ਜੀ, ਨਾ ਇਹਨਾਂ ਨੇ ਕੋਈ, ਸਗੋਂ 1-2 ਜਾਣੇ ਬਿਮਾਰ ਸੀਗੇ ਵਿੱਚੋਂ, ਕੋਈ ਦਾਰੂ ਨਹੀਂ ਪੀਤੀ ਜੀ ਉਦਣ, ਬਸ ਜੋ ਰੱਬ ਨੇ ਮਨਜ਼ੂਰ ਹੈ ਜੀ ਉਹ ਹੋਇਆ ਬਾਅਦ ਚੋਂ। ਬਿਲਕੁਲ ਹਾਂਜੀ, ਪਰ ਉਦਣ ਮੈਨੂੰ ਉਹ ਦਿਨ ਨਹੀਂ ਭੁੱਲਦਾ ਜੀ, ਜਿੱਦਾਂ ਹਾਂਜੀ ਬਾਹਰ ਬੈਠੇ ਰਹਿੰਦੇ ਸੀਗੇ ਜੀ, ਬੈਠ ਕੇ ਜੀ ਬੈਠੇ ਸੀਗੇ ਜੀ। ਬਿਲਕੁਲ ਜੀ, ਹਾਂਜੀ ਹੱਸਦੇ ਖੇਡਦੇ ਗਏ ਪਰਿਵਾਰ ਦੇ ਵਿੱਚੋਂ। ਸਹੀ ਗੱਲ ਹੈ ਜੀ। ਦੂਜੇ ਦਿਨ ਹੀ ਪਤਾ ਲੱਗਿਆ ਜੀ, ਸਵੇਰੇ 9-10 ਵਜੇ ਕਾਲ ਆਈ, ਕਹਿੰਦੇ ਇੱਦਾਂ ਹੋਇਆ, ਯਕੀਨ ਹੀ ਨਹੀਂ ਆਇਆ ਜੀ ਐਵੇਂ ਤੁਹਾਨੂੰ ਕਹਿ ਦਈਏ। ਹਾਂਜੀ, ਯਕੀਨ ਤਾਂ ਤੁਹਾਡੇ ਕੋਲੋਂ ਗਏ ਨੇ, ਚੰਗੇ ਭਲੇ ਹੱਸਦੇ ਖੇਡਦੇ ਗਏ। ਸਹੀ ਗੱਲ, ਬਿਲਕੁਲ।